ਸਤਿ ਸ਼੍ਰੀ ਅਕਾਲ ਦੋਸਤੋ, ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੋ ਅੱਜ ਦਿਨ ਭਰ ਦੀ ਕਵਰੇਜ ਜਿਹੜੀ ਹੈਗੀ ਆ ਸਾਡੇ ਪੇਜ ਦੇ ਉੱਤੇ ਲਗਾਤਾਰ ਜਾਰੀ ਹੈਗੀ ਆ। ਸੋ ਮਾਝੇ ਦੇ ਨਾਲ ਸੰਬੰਧਿਤ ਮਾਝੇ ਤੇ ਦੁਆਬੇ ਦੀ ਜਿਹੜੀ ਕਵਰੇਜ ਹੈਗੀ ਆ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਅੱਜ ਜਿੱਥੇ ਐਤਵਾਰ ਦਾ ਲੋਕਡਾਊਨ ਹੈ, ਪਹਿਲਾ ਲੋਕਡਾਊਨ ਹੈ ਦੁਬਾਰਾ ਤੋਂ, ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਰਿਵਿਊ ਮੀਟਿੰਗ ਜਿਹੜੀਆਂ ਹੈਗੀਆਂ ਉਹ ਲਗਾਤਾਰ ਜਾਰੀ ਨੇ, ਜਿੱਥੇ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ। ਔਰ ਉਸ ਤੋਂ ਬਾਅਦ 'ਚ ਅੱਜ ਪਹਿਲਾ ਦਿਨ ਹੈਗਾ ਜਦੋਂ ਦੁਬਾਰਾ ਤੋਂ ਐਤਵਾਰ ਨੂੰ ਜਿਹੜਾ ਹੈਗਾ ਲੋਕਡਾਊਨ ਸ਼ੁਰੂ ਹੋਇਆ, ਕਿਉਂਕਿ ਪਿਛਲੇ ਸਾਲ ਅਸੀਂ ਜਿਹੜੇ ਇਹ ਹਾਲਾਤ ਸਨ ਸਾਰੇ ਦੇਖੇ ਹੀ ਹੋਏ ਸਨ, ਅਸੀਂ ਸਾਰੇ ਜਾਣਦੇ ਹਾਂ ਇਸ ਬਾਰੇ। ਸੋ ਅੱਜ ਦੇ ਜੋ ਹਾਲਾਤ ਹੈਗੇ ਆ, ਸੜਕ ਦੇ ਨੈਸ਼ਨਲ ਹਾਈਵੇ 'ਤੇ ਅਸੀਂ ਮੌਜੂਦ ਹਾਂ, ਇੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਔਰ ਇਸ ਦੇ ਨਾਲ ਨਾਲ ਇੱਥੇ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨੇ, ਰਸਤੇ ਦੇ ਵਿੱਚ ਕਿੰਨਾ ਕੁ ਕਹਿ ਸਕਦੇ ਹਾਂ ਕਿ ਬਾਜ਼ਾਰ ਜਾਂ ਜਿਹੜੇ ਕਹਿ ਸਕਦੇ ਹਾਂ ਕਿ ਰੋਡ ਜਿਹੜੇ ਹੈਗੇ ਆ, ਕਿੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਵਾਲੀ ਕੋਈ ਜਗ੍ਹਾ ਹੈਗੀ ਆ ਜਾਂ ਫਿਰ ਕਿਤੇ ਨਾਕੇਬੰਦੀ ਹੈਗੀ ਹੈ, ਔਰ ਕਿੱਥੇ ਕਿੱਥੇ ਕਹਿ ਸਕਦੇ ਹਾਂ ਕਿ ਜਿਹੜੇ ਬਾਜ਼ਾਰਾਂ ਦੇ ਹਾਲਾਤ ਹੈਗੇ ਆ ਬੰਦ ਕਿੰਨਾ ਕੁ ਸੰਪੂਰਨ ਹੈਗਾ ਅੱਜ। ਅੱਜ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਤਕਰੀਬਨ ਬੰਦ ਦੀ ਕਾਲ ਜਿਹੜੀ ਆ ਉਹ ਦੇਸ਼ ਭਰ ਦੇ ਵਿੱਚੋਂ ਸਾਹਮਣੇ ਆ ਰਹੀ ਹੈਗੀ ਆ। ਪ੍ਰਦੇਸ਼ ਦੇ ਵਿੱਚ ਤਕਰੀਬਨ ਐਤਵਾਰ ਅੱਜ ਬੰਦ ਹੈਗਾ। ਸੋ ਅੱਜ ਦੇ ਹਾਲਾਤ ਜਿਹੜੇ ਹੈਗੇ ਆ ਉਹ ਆਪਣੇ ਦਰਸ਼ਕਾਂ ਦੇ ਨਾਲ ਅੱਗੇ ਸਾਂਝੇ ਕਰਨ ਜਾ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤਸਵੀਰਾਂ ਇਸ ਸਮੇਂ ਹੈਗੀਆਂ ਨੇ ਜ਼ਿਲ੍ਹਾ ਕਪੂਰਥਲਾ ਦੇ ਕਹਿ ਸਕਦੇ ਹਾਂ ਕਿ ਢਿਲਵਾਂ ਅੱਡਾ ਹੈਗਾ ਹੈ, ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅੰਮ੍ਰਿਤਸਰ ਤਰਨ ਤਾਰਨ ਅਟਾਰੀ ਸਿੱਧਾ ਰਸਤਾ ਜਿਹੜਾ ਹੈਗਾ ਜਾਂਦਾ ਹੈ। ਰਸਤੇ ਦੇ ਉੱਤੇ ਆਵਾਜਾਈ ਦੀ ਗੱਲ ਕਰਾਂਗੇ, ਆਵਾਜਾਈ ਹੈਗੀ ਅੱਜ, ਔਰ ਲੋਕਾਂ ਦਾ ਆਉਣ ਜਾਣ ਜਿਹੜਾ ਹੈਗਾ ਉਹ ਜਾਰੀ ਹੈਗਾ। ਬਾਜ਼ਾਰਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੰਦ ਪਏ ਨੇ ਤਕਰੀਬਨ ਬਾਜ਼ਾਰ ਜਿਹੜੇ ਨੇ ਅੱਜ। ਜਿਹੜੀ ਸੂਬਾ ਸਰਕਾਰ ਵੱਲੋਂ ਜਿਹੜੀ ਕਾਲ ਸੀਗੀ ਅੱਜ ਕਿ ਐਤਵਾਰ ਦਾ ਜਿਹੜਾ ਹੈ ਉਹ ਬੰਦ ਰਹਿਣਗੇ ਬਾਜ਼ਾਰ। ਸੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਇਹ ਹਾਈਟੈਕ ਨਾਕਾ ਹੈ ਢਿਲਵਾਂ ਦਾ, ਔਰ ਪਹਿਲਾਂ ਤਾਂ ਦੂਸਰੀ ਤਰਫ ਸੀਗਾ, ਔਰ ਅੱਜ ਜਿਹੜਾ ਕਹਿ ਸਕਦੇ ਹੋ ਤੁਸੀਂ ਕਿ ਲੋਕਡਾਊਨ ਦੇ ਕਾਰਨ ਅੱਜ ਦੂਸਰੀ ਤਰਫ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜੇ ਸਖ਼ਤ ਹੁਕਮ ਦਿੱਤੇ ਗਏ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਜਿਹੜਾ ਹੈਗਾ ਬੈਰੀਕੇਡਿੰਗ ਕੀਤੀ ਹੋਈ ਹੈ ਇਸ ਤਰਫ ਵੀ, ਔਰ ਲੋਕਾਂ ਦਾ ਆਉਣ ਜਾਣ ਜਿਹੜਾ ਹੈ ਉਹ ਲੱਗਾ ਹੋਇਆ ਹੈ। ਸੋ ਸਾਹਮਣੇ ਤਸਵੀਰਾਂ ਨੇ ਟੋਲ ਪਲਾਜ਼ਾ ਢਿਲਵਾਂ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਹੈ ਔਰ ਤਸਵੀਰਾਂ ਟੋਲ ਪਲਾਜ਼ਾ ਢਿਲਵਾਂ ਦੀਆਂ, ਜਿੱਥੇ ਵਿਰਾਨ ਕਹਿ ਸਕਦੇ ਹਾਂ ਕਿ ਸੜਕ ਵੀ ਹੈਗੀ ਆ ਕਾਫੀ ਹੱਦ ਤੱਕ, ਉਨਾ ਟ੍ਰੈਫਿਕ ਨਹੀਂ ਹੈ ਜਿੰਨਾ ਆਮ ਤੌਰ ਦੇ ਉੱਤੇ ਹੁੰਦਾ ਹੈ, ਲੇਕਿਨ ਅੱਜ ਦੇ ਟ੍ਰੈਫਿਕ ਦੀ ਜੇਕਰ ਗੱਲ ਕਰੀਏ ਤਾਂ ਉਸ ਤਦਾਦ ਦੇ ਵਿੱਚ ਨਹੀਂ ਹੈ, ਉਸ ਗਿਣਤੀ ਦੇ ਵਿੱਚ ਨਹੀਂ ਹੈ। ਬੇਸ਼ੱਕ ਵੀ ਅੱਜ ਟ੍ਰੈਫਿਕ ਜਿਹੜਾ ਹੈਗਾ ਉਹ ਘੱਟ ਹੈਗਾ, ਔਰ ਉਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਰੋਨਾ ਪੋਜ਼ਿਟਿਵ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਦੇਖ ਸਕਦੇ ਹਾਂ, ਹੋਰ ਜਿਹੜੇ ਵੱਖ ਵੱਖ ਸੂਬੇ ਹੈਗੇ ਗੁਜਰਾਤ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਆਕਸੀਜਨ ਦੀ ਕਿੰਨੀ ਸਮੱਸਿਆ ਆ ਰਹੀ ਹੈਗੀ ਹੈ, ਔਰ ਬਕਾਇਦਾ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਸੂਬਿਆਂ ਦੇ ਵਿੱਚ ਇੰਨੇ ਕੁ ਜ਼ਿਆਦਾ ਕਰੋਨਾ ਜਿਹੜੇ ਪੋਜ਼ਿਟਿਵ ਕੇਸ ਨੇ ਉਹਨਾਂ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਕਿ ਹੁਣ ਇਹ ਦੂਸਰੀ ਲਹਿਰ ਜਿਹੜੀ ਹੈਗੀ ਹੈ ਬਹੁਤ ਹੀ ਘਾਤਕ ਸਾਬਿਤ ਹੋ ਰਹੀ ਹੈ, ਔਰ ਉਸਦੇ ਤਹਿਤ ਹੀ ਜੇਕਰ ਗੱਲ ਕਰੀਏ ਤਾਂ ਲੋਕਾਂ ਨੂੰ ਵੀ ਇਸ ਲਹਿਰ ਦੇ ਵਿੱਚ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਕਹਿ ਸਕਦੇ ਹਾਂ ਕਿ ਗਾਈਡਲਾਈਨਸ ਜਿਹੜੀਆਂ ਹੈਗੀਆਂ ਨੇ ਕੇਂਦਰ ਵੱਲੋਂ ਜਾਂ ਫਿਰ ਸੂਬਾ ਸਰਕਾਰ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦਾ ਜਿਹੜਾ ਪਾਲਣਾ ਕਰਨੀ ਜਿਹੜੀ ਹੈਗੀ ਆ ਉਹ ਵੀ ਬੇਹੱਦ ਜ਼ਰੂਰੀ ਹੈਗੀ ਆ, ਕਿਉਂਕਿ ਸਾਡੇ ਲਈ ਗਾਈਡਲਾਈਨ ਨੇ, ਸਾਡੇ ਲਈ ਹੀ ਜਿਹੜਾ ਕਹਿ ਸਕਦੇ ਹਾਂ ਕਿ ਸਾਰੇ ਦਾ ਸਾਰਾ ਜਿਹੜਾ ਕਹਿ ਸਕਦੇ ਹਾਂ ਕਿ ਸਾਡੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਜਿਹੜੇ ਫੈਸਲੇ ਆ ਉਹ ਸਰਕਾਰ ਵੀ ਲੈ ਰਹੀ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਬਿਨਾਂ ਵਜ੍ਹਾ ਸਰਕਾਰ ਨੂੰ ਜਿਹੜਾ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਪ੍ਰੈਸ਼ਰ ਜਿਹੜਾ ਉਹ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਵੇ, ਕੋਈ ਪੈਨਿਕ ਮਾਹੌਲ ਵਾਲੀ ਗੱਲ ਨਹੀਂ ਆ, ਲੇਕਿਨ ਅਸੀਂ ਸਾਰੇ ਸਮਝਦਾਰ ਹਾਂ, ਸਾਨੂੰ ਸਮਝਣਾ ਚਾਹੀਦਾ ਹੈਗਾ ਕਿ ਜਦੋਂ ਹਾਲਾਤ ਅਜਿਹੇ ਬਣੇ ਹੋਏ ਨੇ, ਅਸੀਂ ਦੇਖ ਸਕਦੇ ਹਾਂ ਲਗਾਤਾਰ ਦਿੱਲੀ ਤੋਂ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ, ਗੁਜਰਾਤ ਦੇ ਵਿੱਚ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ, ਔਰ ਕਿੱਡੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਮਾਮਲੇ ਹੈਗੇ ਆ ਉਹ ਸਾਹਮਣੇ ਆ ਰਹੇ ਆ। ਸੋ ਤਸਵੀਰਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਇਹ ਦੁਆਬਾ ਖੇਤਰ ਪੈ ਜਾਂਦਾ, ਦੁਆਬਾ ਖੇਤਰ ਇੱਥੋਂ ਤੱਕ ਕਹਿ ਸਕਦੇ ਹਾਂ ਕਿ ਅੱਗੋਂ ਜਾ ਕੇ ਬਿਆਸ ਦਰਿਆ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ, ਔਰ ਬਿਆਸ ਦਰਿਆ ਦੇ ਸ਼ੁਰੂ ਹੋਣ ਦੇ ਨਾਲ ਦੂਸਰੀ ਤਰਫ ਮਾਝਾ ਖੇਤਰ ਆ ਜਾਏਗਾ, ਔਰ ਸੜਕ ਦੇ ਹਾਲਾਤ ਨੇ, ਸੜਕ 'ਤੇ ਕਿਸ ਤਰ੍ਹਾਂ ਦੇ ਰਸ਼ ਹੈਗੇ ਆ ਤੁਸੀਂ ਦੇਖ ਸਕਦੇ ਹੋ, ਕਿੰਨਾ ਕੁ ਰਸ਼ ਹੈਗਾ ਉਹ ਤੁਸੀਂ ਦੇਖ ਸਕਦੇ ਹੋ, ਕਿੰਨਾ ਕੁ ਲੋਕਾਂ ਦਾ ਆਉਣ ਜਾਣ ਹੈਗਾ। ਤਕਰੀਬਨ ਲੋਕ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਕਰੋਨਾ ਕਹਿਰ ਨੂੰ ਦੇਖਦੇ ਹੋਏ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਔਰ
कह सकते हैं कि गाइडलाइन की पालना जिहड़ी हैगी आ वो काफ़ी हद तक जिहड़ी देखण नूं मिल रही है कि लोगों वल्लों जिथे कि कुछ एक जगह के उत्तों विरोध जिहड़े सीगे वह इस लॉकडाउन के सामने आ रहे थे, लेकिन अजिहा नहीं है। कह सकते हैं कि लोगों के विच किस तरह के हालात ने तुसीं देख सकते हो, ये ब्यास दरिया की तस्वीर है, ब्यास दरिया पुल की, जो कि जिला अमृतसर जिहड़ा हैगा वो शुरू हुंदा है। और इहदे नाल नाल जेकर गल की जाए तो वड्डा रश जिहड़ा है वह कितना ना कितने देखण दे विच पहलां तो सामने आ रहा सीगा, लेकिन अज दी जेकर हालातां दी गल की जाए तो अज अजिहा नहीं है, अज अजिहे हालात भी नहीं ने। बंद की पालना की जिहड़ी गल की जा रही सी वह बंद की पालना के तहत कह सकते हैं कि ये माझे की शुरुआती हद है। सो माझे की शुरुआती हद के किस तरह के प्रबंध ने तुसीं देख सकते हो कि पुलिस जिहड़ियां टीमां हैगियां ने इत्थे, ये शुरुआती नाका है अमृतसर जिले का, शुरुआती नाके दे विच किस तरह के प्रबंध ने वो देख लैने आ, और किन्नी कु सुरक्षा जिहड़ी हैगी है वह इत्थे जिहड़ी हैगी आ वह की जा रही है, चैकिंग किस तरह की आ, पुछगिछ जिहड़ी है वह कर रहे हैं कि नहीं कर रहे हैं पुलिस मुलाजम। सो उन्हां दे नाल भी गलबात कर लैने आ, एक बार गलबात करके जरूर जान लैने आ कि किस तरह के हालात ने इत्थे, और चैकिंग मुहिम की गल करांगे, चैकिंग मुहिम जिहड़ी है वह किन्नी चल रही है। सो पुलिस मुलाजम जिहड़े ने साडे नाल मौजूद ने लाइव जिहड़ा हैगा लगातार तुसीं साडे पेज ते देख रहे हो, सत श्रीकाल जी। सत श्रीकाल जी सर, इत्थे दे प्रबंधां की गल करिए तां किस तरह के प्रबंध हैगे जी? इत्थे प्रबंध सर बहुत वधिया ठीक है जी, एसएसपी साहब दे हुक्म दे नाल बहुत वधिया। किन्ने क लोग जिहड़े हैगे इत्थे अज पहुंचे हुए आ जां आ जा रहे जिहड़े लोग ने वो की एक्सक्यूज़ किस तरह के हैगे उहनां दे जिहड़े? सर डाके ਤੁਸੀਂ ਜਿਹਨੂੰ ਡਾਕਟਰ ਉਹਨਾਂ ਨੂੰ ਕਹਿੰਦਾ ਵੀ ਮਾਸਕ ਪਾ ਕੇ ਰੱਖੋ ਜੀ, ਡਾਕਟਰ ਡਾਕਟਰ ਉਹਨਾਂ ਮਾਸਕ ਪਾ ਕੇ ਰੱਖੋ ਕਿ ਵਾਹਣ ਚੱਲ ਰਹੇ ਆ, ਵਾਹਣ ਚੱਲ ਰਹੇ ਆ ਜੀ। ਟ੍ਰੈਫਿਕ ਕਹਿ ਸਕਦੇ, ਟ੍ਰੈਫਿਕ ਕਿੰਨੀ ਕੁ ਹੈਗੀ ਅੱਜ? ਨਹੀਂ 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 ਘੱਟ ਹੈ, ਅਮੂਮਨ ਨਾਲੋਂ ਜਿਹੜਾ ਜ਼ਿਆਦਾਤਰ ਸੀਗਾ ਉਹ ਤੋਂ ਘੱਟ ਹੈਗੀ ਆ। ਕਿਸ ਤਰ੍ਹਾਂ ਦੇ ਐਕਸਕਿਊਜ਼ ਜਿਹੜੇ ਲੋਕਾਂ ਦੇ, ਕੋਈ ਸਪੈਸ਼ਲ ਕੋਈ ਐਮਰਜੈਂਸੀ ਆ ਜਾ ਰਿਹਾ ਜਾਂ ਕਿਸ ਤਰ੍ਹਾਂ ਹੈਗਾ ਜੀ? ਐਮਰਜੈਂਸੀ ਆ ਰਿਹਾ ਜਾ ਰਿਹਾ ਜੀ, ਐਮਰਜੈਂਸੀ ਆਉਣ ਜਾਣ ਵਾਲੇ ਜਿਹੜੇ ਉਹ ਜ਼ਿਆਦਾਤਰ ਵਾਹਨ ਜਿਹੜੇ ਹੈਗੇ ਆ ਉਹ ਇੱਥੇ ਦੇਖਣ ਨੂੰ ਮਿਲ ਰਹੇ ਆ। ਸੋ ਗੱਲ ਕਰ ਲੈਂਦੇ ਹਾਂ ਸਾਡੇ ਇੱਥੇ ਨਾਲ ਕੁਛ ਰਾਹੀਗਰ ਨੇ, ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਅੱਜ ਲੋਕਡਾਊਨ ਹੈਗਾ, ਤੁਸੀਂ ਅੱਜ ਬਾਹਰ ਨਿਕਲੇ, ਕੋਈ ਕੋਈ ਪ੍ਰੋਬਲਮ ਸੀਗੀ ਜਾਂ ਕੋਈ ਮੈਡੀਕਲ ਕੋਈ ਐਮਰਜੈਂਸੀ ਜਾਂ ਕਿਸ ਤਰ੍ਹਾਂ? ਮੈਡੀਕਲ ਹੀ ਸੀਗਾ ਜੀ ਜੀ। ਚੈੱਕਅਪ ਕਰਾਉਣ ਜਾ ਰਹੇ? ਚੈੱਕਅਪ ਕਰਾਉਣ ਜਾ ਰਹੇ, ਕਿੱਥੇ ਜਾ ਰਹੇ ਜੀ? ਅੰਮ੍ਰਿਤਸਰ ਜਾ ਰਹੇ। ਸੋ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਕੁਝ ਇੱਕ ਕਹਿ ਸਕਦੇ ਹਾਂ ਕਿ ਕਾਫੀ ਤਰ੍ਹਾਂ ਰੋਡ ਜਿਹੜੇ ਹੈਗੇ ਆ ਅੱਜ ਖਾਲੀ ਦਿਖਾਈ ਦੇ ਰਹੇ ਨੇ ਇੱਥੇ, ਮਾਝੇ ਦੀ ਸ਼ੁਰੂਆਤੀ ਹੱਦ ਹੈ, ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ੁਰੂਆਤ ਹੁੰਦੀ ਹੈ ਇੱਥੋਂ, ਔਰ ਉਹਨਾਂ ਰਸ਼ ਜਿਹੜਾ ਹੈਗਾ ਉਹਨਾਂ ਰਸ਼ ਇਹਨਾਂ ਰੋਡਾਂ ਦੇ ਉੱਤੇ ਨਹੀਂ ਹੈਗਾ। ਅੱਜ ਜਿਹੜੀ ਕਿਤੇ ਇੱਕਾ ਦੁੱਕਾ ਵਾਹਨ ਜਿਹੜੇ ਥੋੜ੍ਹੇ ਨਜ਼ਰ ਆਉਂਦੇ ਨੇ ਉੱਥੇ ਵੀ ਕਿਤੇ ਨਾ ਕਿਤੇ ਮੈਡੀਕਲ ਐਮਰਜੈਂਸੀ ਆ, ਕੋਈ ਨਾ ਕੋਈ ਸਮੱਸਿਆ ਜਿਹੜੀ ਹੈ ਹੋ ਸਕਦੀ ਹੈ, ਔਰ ਲੋਕਾਂ ਨੂੰ ਮਜਬੂਰੀ ਦੇ ਵਿੱਚ ਬਾਹਰ ਆਉਣਾ ਵੀ ਪੈਂਦਾ ਹੈਗਾ। ਸੋ ਉਸ ਦੇ ਤਹਿਤ ਵੀ ਕਹਿ ਸਕਦੇ ਹਾਂ ਕਿ ਲੋਕ ਇੱਥੇ ਹਲਕੀ ਜਿਹੜੀ ਗਿਣਤੀ ਹੈਗੀ ਹੈ ਇੱਥੇ ਵਾਹਨਾਂ ਦੀ ਦੇਖਣ ਨੂੰ ਤੁਹਾਨੂੰ ਮਿਲੇਗੀ, ਉਸ ਰੀਜ਼ਨ ਦੇ ਨਾਲ ਵੀ ਜਿਹੜਾ ਹੈਗਾ ਬਾਹਰ ਲੋਕ ਆ ਰਹੇ ਨੇ। ਲਗਾਤਾਰ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਡੇਲੀ ਪੋਸਟ ਲਾਈਵ ਦੇ ਪੇਜ ਦੇ ਉੱਤੇ। ਸੋ ਅੱਜ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਦੁਆਬੇ ਅਤੇ ਮਾਝੇ ਨਾਲ ਸੰਬੰਧ ਜਿਹੜੇ ਹੈਗੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਹੇ ਹਾਂ। ਅਗਲੀਆਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਤੁਸੀਂ ਡੇਲੀ ਪੋਸਟ ਪੰਜਾਬੀ, ਗੁਰਦਰਸ਼ਨ ਸਿੰਘ ਪ੍ਰਿੰਸ, ਬਿਆਸ, ਅੰਮ੍ਰਿਤਸਰ।